ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਫਾਰਮਰਸ ਵੈਲਫੇਅਰ ਹੱਬ ਦੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਅਤੇ ਸਿਹਤਮੰਦ ਹੋਵੋਗੇ। ਕਿਸਾਨ ਵੀਰੋ, ਗੱਲ ਕਰਦੇ ਹਾਂ ਨਵੇਂ ਝੋਨੇ ਦੇ ਮੰਡੀ ਰੇਟਾਂ ਬਾਰੇ, ਉਸ ਦੇ ਨਾਲ ਨਾਲ ਜੋ ਵਿਦੇਸ਼ੀ ਮਾਰਕੀਟ ਯਾਨੀ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੋ ਲਗਾਤਾਰ 2 ਹਫ਼ਤਿਆਂ ਤੋਂ ਚਾਵਲ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਬਣੀ ਹੋਈ ਹੈ, ਉਹਦੇ 'ਤੇ ਵੀ ਚਾਨਣਾ ਪਾਉਣੇ ਆ। ਕੀ ਇਹਦੇ ਕਾਰਨ ਨੇ, ਕਿਉਂ ਵਿਦੇਸ਼ੀ ਮਾਰਕੀਟ ਦੀਆਂ ਜੋ ਚਾਵਲ ਦੀਆਂ ਕੀਮਤਾਂ ਨੇ ਉਹ ਤੇਜ਼ੀ ਪਕੜ ਰਹੀਆਂ ਨੇ, ਅਤੇ ਕੀ ਇਹਦਾ ਅਸਰ ਜੋ ਇੰਡੀਆ ਦੇ ਕਿਸਾਨਾਂ 'ਤੇ ਹੋਏਗਾ, ਜਾਂ ਪੰਜਾਬ ਹਰਿਆਣਾ ਦੇ ਜੋ ਬਾਸਮਤੀ ਅਤੇ ਗੈਰ ਬਾਸਮਤੀ ਚਾਵਲ ਉਗਾਉਣ ਵਾਲੇ ਕਿਸਾਨ ਨੇ, ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ ਜਾਂ ਨਹੀਂ, ਇਹ ਸਾਰੀ ਚਰਚਾ ਆਪਾਂ ਇਸ ਵੀਡੀਓ ਦੇ ਵਿੱਚ ਖੁੱਲ੍ਹ ਕੇ ਕਰਾਂਗੇ। ਅਤੇ ਇਸ ਦੇ ਨਾਲ ਨਾਲ ਜੋ ਮੌਕੇ 'ਤੇ ਮੰਡੀ 'ਚ ਰੇਟ ਚੱਲ ਰਹੇ ਨੇ ਉਹਦੇ 'ਤੇ ਵੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ 'ਤੇ ਨਵੇਂ ਨੇ, ਕਿਰਪਿਆ ਕਰਕੇ ਰੈੱਡ ਬਟਨ ਪ੍ਰੈੱਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਇੱਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ, ਜਿਵੇਂ ਕਿ ਆਪਾਂ ਜਾਣਦੇ ਹਾਂ, ਜੋ ਹਰਿਆਣਾ ਪੰਜਾਬ ਦੀਆਂ ਮੰਡੀਆਂ 'ਚ ਜੋ ਮੌਕੇ 'ਤੇ ਰੇਟ ਚੱਲ ਰਹੇ ਨੇ ਉਹ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਨੇ, ਅਤੇ ਇਹਦੇ ਉਲਟ ਜੋ ਵਿਦੇਸ਼ੀ ਮਾਰਕੀਟ ਯਾਨੀ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਚਾਵਲ ਦੀ ਤੇਜ਼ੀ ਬਣੀ ਹੋਈ ਹੈ, ਜਿਹਦਾ ਮੇਨ ਕਾਰਨ ਇੱਕ ਤਾਂ ਜੋ ਸਰਕਾਰ ਨੇ ਗੈਰ ਬਾਸਮਤੀ ਜੋ ਚਾਵਲ ਹੈ ਉਹਦੇ ਐਕਸਪੋਰਟ 'ਤੇ ਬੈਨ ਲਾ ਰੱਖਿਆ, ਅਤੇ ਉਸ ਦੇ ਨਾਲ ਨਾਲ ਜੋ ਬਾਸਮਤੀ ਚੌਲਾਂ ਦੀ MEP ਹੈ ਯਾਨੀ ਕਿ ਮਿਨੀਮਮ ਐਕਸਪੋਰਟ ਪ੍ਰਾਈਜ਼ ਹੈ, ਉਹ ਕਾਫੀ ਉੱਪਰ ਚੜ੍ਹਾ ਰੱਖਿਆ। ਹਾਲਾਂਕਿ ਜੋ ਪਿਛਲੇ ਸਾਲ ਜੋ ਰਿਕਾਰਡ ਤੋੜ ਐਕਸਪੋਰਟ ਜੋ ਇੰਡੀਆ ਵੱਲੋਂ ਕੀਤਾ ਗਿਆ ਹੈ, ਅਤੇ ਉਸ ਦੇ ਬਾਵਜੂਦ ਵੀ ਜੋ ਸਰਕਾਰ ਵੱਲੋਂ ਇਹ ਕਦਮ ਨਹੀਂ ਉਠਾਇਆ ਜਾ ਰਿਹਾ ਕਿ ਜੋ ਇੰਟਰਨੈਸ਼ਨਲ ਮਾਰਕੀਟ 'ਚੋਂ ਆਪਦਾ ਬੈਨੀਫਿਟ ਲੈ ਸਕਣ, ਅਤੇ ਜੋ MEP ਨੂੰ ਘਟਾ ਕੇ ਐਕਸਪੋਰਟਰਾਂ ਅਤੇ ਕਿਸਾਨਾਂ ਨੂੰ ਫਾਇਦਾ ਦਿੱਤਾ ਜਾ ਸਕੇ। ਹੁਣ ਜੋ ਮੌਕੇ 'ਤੇ ਤੇਜ਼ੀ ਬਣੀ ਹੋਈ ਹੈ ਉਹਦਾ ਮੇਨ ਕਾਰਨ ਜੋ ਥਾਈਲੈਂਡ 'ਚ ਗੈਰ ਬਾਸਮਤੀ ਚਾਵਲਾਂ ਦਾ ਉਤਪਾਦਨ ਕਾਫੀ ਚੰਗਾ ਹੋਇਆ, ਅਤੇ ਉਸ ਦੇ ਨਾਲ ਨਾਲ ਉਹਦੀ ਮੰਗ ਵੀ ਬਣੀ ਹੋਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਬਾਂਗਲਾਦੇਸ਼ ਦੇ ਵਿੱਚ ਬਾੜ ਜਾਂ ਹੜ੍ਹ ਦੇ ਕਾਰਨ ਜੋ ਕਾਫੀ ਫਸਲ ਤਬਾਹ ਹੋਈ ਹੈ, ਜਿਹਦੇ ਕਰਕੇ ਜੋ ਥਾਈ ਚਾਵਲ ਦੀ ਡਿਮਾਂਡ ਕਾਫੀ ਜ਼ਿਆਦਾ ਬਣੀ ਹੋਈ ਹੈ, ਅਤੇ ਥਾਈਲੈਂਡ ਕੋਲ ਕਾਫੀ ਪਾਣੀ ਦੇ ਵਧੀਆ ਸਰੋਤ ਹੋਣ ਕਰਕੇ ਅਤੇ ਬੰਪਰ ਝਾੜ ਹੋਣ ਕਰਕੇ ਜੋ ਵਿਦੇਸ਼ੀ ਮਾਰਕੀਟ ਦੇ ਆਰਡਰ ਨੇ ਉਹ ਪੂਰੇ ਕਰਨ ਦੀ ਯਾਨੀ ਕਿ ਡਿਲੀਵਰੀ ਦੇਣ ਦੀ ਕਾਫੀ ਵੱਡੀ ਸਮਰੱਥਾ ਬਣ ਚੁੱਕੀ ਹੈ। ਉਸ ਦੇ ਉਲਟ ਜੋ ਇੰਡੀਆ ਦਾ ਚਾਵਲ ਨਾ ਐਕਸਪੋਰਟ ਹੋਣ ਕਰਕੇ ਥਾਈਲੈਂਡ ਦੇ ਚਾਵਲ ਦੀ ਜੋ ਕੀਮਤ ਵੀ ਬਣੀ ਹੋਈ ਹੈ ਅਤੇ ਮੰਗ ਵੀ ਬਣੀ ਹੋਈ ਹੈ। ਸੋ ਜਿਹਦੇ ਚੱਲਦਿਆਂ ਹੋਇਆਂ ਜੋ ਇੰਡੀਆ ਦੇ ਵਪਾਰੀ ਨੇ ਉਹਨਾਂ ਨੂੰ ਘਾਟਾ ਪੈ ਰਿਹਾ, ਅਤੇ ਨਾਲ ਦੀ ਨਾਲ ਜੋ ਕਿਸਾਨਾਂ ਨੂੰ ਚੰਗੀ ਕੀਮਤ ਨਹੀਂ ਮਿਲ ਪਾ ਰਹੀ। ਸੋ ਇਹ ਲਗਾਤਾਰ ਹੜਤਾਲ ਵੀ ਜਾਰੀ ਹੈ, ਅਤੇ ਵਪਾਰੀਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਕਿ ਬਾਸਮਤੀ ਚਾਵਲ ਦੇ MEP ਨੂੰ ਘਟਾਇਆ ਜਾਵੇ ਅਤੇ ਗੈਰ ਬਾਸਮਤੀ ਚਾਵਲ ਦਾ ਐਕਸਪੋਰਟ ਜੋ ਹੈ ਉਹ ਖੋਲ੍ਹਿਆ ਜਾਵੇ, ਤਾਂ ਜੋ ਮਾਲ ਜੋ ਇੰਡੀਆ ਦੀ ਮਾਰਕੀਟ ਦੇ ਵਿੱਚ ਹੀ ਘੁੰਮ ਰਿਹਾ ਉਹਨੂੰ ਬਾਹਰ ਕੱਢਿਆ ਜਾ ਸਕੇ, ਅਤੇ ਜਿਹਦੇ ਨਾਲ ਜੋ ਕਿਸਾਨਾਂ ਨੂੰ ਵੀ ਚੰਗਾ ਰੇਟ ਮਿਲ ਸਕੇ ਅਤੇ ਜੋ ਵਪਾਰੀ ਨੇ ਆਪਦਾ ਉਹਦੇ 'ਚੋਂ ਮੁਨਾਫਾ ਕਮਾ ਸਕਣ। ਸੋ ਤੁਹਾਡੀ ਇਸ 'ਤੇ ਕੀ ਰਾਏ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਆਪਦੇ ਵਿਚਾਰ ਸਾਂਝੇ ਕਰੋ। ਅਤੇ ਹੁਣ ਜੋ ਆਪਾਂ ਮੌਕੇ 'ਤੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਚਰਚਾ ਕਰਦੇ ਹਾਂ।
ਹਾਲਾਂਕਿ ਜੋ ਪਹਿਲੇ ਸੌਦੇ ਹੋਏ ਨੇ ਉਹਨਾਂ ਦੀ ਪੂਰਤੀ ਕਰਦਿਆਂ ਜੋ ਚਾਵਲ ਦੀ ਮਾਰਕੀਟ ਦੇ ਵਿੱਚ ਪਿਛਲੇ ਦਿਨਾਂ 'ਚ ਥੋੜ੍ਹੀ ਜਿਹੀ ਖਿੱਚ ਆਈ ਹੈ, ਸੋ ਝੋਨੇ ਦੀਆਂ ਕੀਮਤਾਂ 'ਚ ਥੋੜ੍ਹਾ ਜਿਹਾ ਉਛਾਲ ਦੇਖਣ ਨੂੰ ਮਿਲਿਆ। ਸੋ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਲਾੜਵਾਂ ਮੰਡੀ, ਜਿੱਥੇ 1500 ਨੂੰ ਹੱਥ ਵਾਲਾ 2850 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ। ਬੂੰਦੀ ਮੰਡੀ 1718 ਹੱਥ ਵਾਲਾ 3490, 1500 ਨੂੰ ਹੱਥ ਵਾਲਾ 2700, ਸੁਗੰਧਾ ਝੋਨਾ 2350 ਰੁਪਏ ਪ੍ਰਤੀ ਕੁਇੰਟਲ, ਟੁਹਾਣਾ 1500 ਨੂੰ ਹੱਥ ਵਾਲਾ 2766 ਰੁਪਏ। ਸਰਸਾ ਮੰਡੀ ਦੀ ਗੱਲ ਕਰੀਏ 1500 ਨੂੰ ਕੰਬਾਈਨ ਵਾਲਾ 2580 ਰੁਪਏ ਪ੍ਰਤੀ ਕੁਇੰਟਲ, ਤਰਾਵੜੀ ਮੰਡੀ 1500 ਨੂੰ ਹੱਥ ਵਾਲਾ 2671 ਰੁਪਏ, ਰਦੌੜ ਮੰਡੀ 1500 ਨੂੰ ਹੱਥ ਵਾਲਾ 2785 ਰੁਪਏ, ਸਮਾਲੱਖਾ ਮੰਡੀ 1500 ਨੂੰ ਹੱਥ ਵਾਲਾ 2521 ਰੁਪਏ, ਕਰਨਾਲ ਮੰਡੀ 1500 ਨੂੰ 2750 ਰੁਪਏ, ਚੀਕਾ ਮੰਡੀ 1500 ਨੂੰ ਹੱਥ ਵਾਲਾ 2710 ਰੁਪਏ, ਰਤੀਆ ਮੰਡੀ 1500 ਨੂੰ 2501 ਰੁਪਏ। ਉਸ ਤੋਂ ਬਾਅਦ ਗੱਲ ਕਰੀਏ ਅੰਮ੍ਰਿਤਸਰ ਸਾਹਿਬ ਮੰਡੀ ਦੀ 1500 ਨੂੰ ਕੰਬਾਈਨ ਵਾਲਾ 2729 ਰੁਪਏ ਪ੍ਰਤੀ ਕੁਇੰਟਲ, ਇੰਦਰੀ ਮੰਡੀ 1500 ਨੂੰ ਕੰਬਾਈਨ ਵਾਲਾ 2640 ਰੁਪਏ, PR 26 1900 ਰੁਪਏ, ਸੁਪਰ 52 ਝੋਨਾ 2100 ਰੁਪਏ ਪ੍ਰਤੀ ਕੁਇੰਟਲ। ਕੋਟਾ ਮੰਡੀ ਦੀ ਗੱਲ ਕਰਦੇ ਹਾਂ 1500 ਨੂੰ ਹੱਥ ਵਾਲਾ 2800 ਰੁਪਏ ਪ੍ਰਤੀ ਕੁਇੰਟਲ, ਸੁਗੰਧਾ ਝੋਨਾ 2400 ਰੁਪਏ, 1718 3300 ਰੁਪਏ। ਉਸ ਤੋਂ ਬਾਅਦ ਡਬਰਾ ਮੰਡੀ 1500 ਨੂੰ ਨਵਾਂ 2600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਪਿਪਰੀਆ ਮੰਡੀ ਜੋ ਪੂਸਾ ਝੋਨਾ ਹੈ 2985 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਗਦਰਪੁਰ ਮੰਡੀ PR 26 1900 ਰੁਪਏ, ਗੰਗੋਹ ਮੰਡੀ 1500 ਨੂੰ ਕੰਬਾਈਨ ਵਾਲਾ 2675 ਰੁਪਏ, ਘਰੋਂਡਾ ਮੰਡੀ 1500 ਨੂੰ ਕੰਬਾਈਨ ਵਾਲਾ 2680 ਰੁਪਏ, ਗੁਲਾਵੱਟੀ ਮੰਡੀ 1500 ਨੂੰ ਹੱਥ ਵਾਲਾ 2501 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਸੋ ਕਿਸਾਨ ਵੀਰੋ, ਇਹ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ। ਉਸ ਤੋਂ ਬਾਅਦ ਇੱਕ ਬੂੰਦੀ ਮੰਡੀ ਦਾ ਰੇਟ 1718 ਹੱਥ ਵਾਲਾ 3490 ਰੁਪਏ, 1500 ਨੂੰ 2700 ਰੁਪਏ, ਸੁਗੰਧਾ ਝੋਨਾ ਜੋ ਹੈ 2350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਸੋ ਕਿਸਾਨ ਵੀਰੋ, ਇਹ ਜੋ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ, ਅਤੇ ਅੱਗੇ ਸੀਜ਼ਨ ਦੇ ਵਿੱਚ ਵੱਧ ਤੋਂ ਵੱਧ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ, ਅਤੇ ਇੱਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਿਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਵੀ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ, ਤੁਹਾਡਾ ਦਿਨ ਸ਼ੁਭ ਹੋਵੇ।